84 ਸਿੱਖ ਕਤਲੇਆਮ ਮਾਮਲੇ 'ਚ ਸੁਪਰੀਮ ਕੋਰਟ ਨੇ 34 ਮੁਲਜ਼ਮਾਂ ਦੀ ਜ਼ਮਾਨਤ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਨੂੰ 84 ਸਿੱਖ ਵਿਰੋਧੀ ਦੰਗਿਆਂ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਸੰਬੰਧੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਡੂੰਘਾ ਦੁੱਖ ਜ਼ਾਹਰ ਕੀਤਾ ਅਤੇ ਨਾਲ ਹੀ ਉਹਨਾਂ ਕਿਹਾ ਕਿ ਇਸ ਮਾਮਲੇ 'ਚ ਰਿਵਿਊ ਪਟੀਸ਼ਨ ਦਾਇਰ ਕਰਨਗੇ। ਸੁਪਰੀਮ ਕੋਰਟ ਦੀ ਅਦਾਲਤ ਵੱਲੋਂ ਜਿਹੜੇ 1984 ਦੇ ਕਤਲੇਆਮ ਦੇ ਦੋਸ਼ੀ ਸੀ ਉਹਨਾਂ 'ਚ ਕਈ ਲੋਕਾਂ ਨੂੰ ਰੋਇਟਿੰਗ ਵਾਸਤੇ ਸਜ਼ਾ ਹੋਈ ਸੀ, ਜਿਹੜੀ ਲੋਅਰ ਕੋਰਟ ਤੋਂ ਬਾਅਦ ਹਾਈ ਕੋਰਟ ਨੇ ਉਸ ਸਜ਼ਾ ਨੂੰ ਬਰਕਰਾਰ ਸਜ਼ਾ ਕਰਾਈ ਸੀਗੀ, ਹਾਈ ਕੋਰਟ ਨੇ ਲੋਅਰ ਕੋਰਟ ਨੇ ਬਰੀ ਕੀਤਾ, ਹਾਈ ਕੋਰਟ ਨੇ ਉਹਨੂੰ ਸਜ਼ਾ ਦਿੱਤੀ ਸੀਗੀ। ਉਸ ਦੀ ਰਿਵਿਊ ਪਟੀਸ਼ਨ ਜਿਹੜੀ ਸੀ ਉਹਨਾਂ ਨੇ ਸੁਪਰੀਮ ਕੋਰਟ 'ਚ ਪਾਈ ਐਕਵਿਟਲ ਵਾਸਤੇ। ਅੱਜ ਤੋਂ ਡੇਢ ਮਹੀਨਾ ਪਹਿਲਾਂ 10 ਲੋਕਾਂ ਨੂੰ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਸੀਗਾ। ਅਸੀਂ ਕੇਂਦਰ ਸਰਕਾਰ ਨਾਲ ਗੱਲ ਕਰਕੇ ਅੱਜ ਉਹਦੀ ਰਿਵਿਊ ਪਟੀਸ਼ਨ ਡਿਸਾਈਡ ਹੋਣੀ ਆ। ਅੱਜ 3 ਲੋਕਾਂ 4 ਲੋਕਾਂ ਨੇ ਹੋਰ ਆਪਣੀ ਐਕਵਿਟਲ ਵਾਸਤੇ ਐਪਲੀਕੇਸ਼ਨ ਲਗਾਈ ਸੀ। ਜਦੋਂ ਦੇਸ਼ ਦੇ ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਜੀ ਨੇ ਇਹ ਗੱਲ ਸੁਪਰੀਮ ਕੋਰਟ ਨੂੰ ਦੱਸੀ ਕਿ ਇਹਨਾਂ ਦੇ ਖਿਲਾਫ਼ ਰਿਵਿਊ ਪਟੀਸ਼ਨ ਪੈਂਡਿੰਗ ਆ, ਜਿਹੜੇ ਆਲਰੇਡੀ ਬਰੀ ਹੋਏ ਉਹਨਾਂ ਦੇ ਖਿਲਾਫ਼ ਪੈਂਡਿੰਗ ਆ, ਇਸ ਕਰਕੇ ਇਹਨਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ, ਅਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ। ਅੱਜ ਇਸ ਜ਼ਮਾਨਤ ਦੇ ਬਾਅਦ ਸੁਪਰੀਮ ਕੋਰਟ ਦਾ ਇਹ ਫੈਸਲਾ ਹੈ, ਪਰ ਦੁਨੀਆ ਭਰ ਦੇ ਸਿੱਖਾਂ ਦੇ ਮਨ 'ਚ ਬਹੁਤ ਗੁੱਸਾ ਔਰ ਰੋਸ ਆ, ਕਿਉਂਕਿ ਇਹ ਲੋਕ ਦਰਿੰਦੇ ਨੇ, ਇਹ ਜ਼ਾਲਿਮ ਨੇ, ਕਾਤਲ ਨੇ, ਇਹ ਕਿਸੇ ਵੀ ਰਹਿਮ ਦੇ ਕਾਬਲ ਨਹੀਂ ਗੇ। ਇਹਨਾਂ ਨੂੰ ਜ਼ਮਾਨਤ ਦੇਣ ਦਾ ਮਤਲਬ ਆ ਕਾਤਲਾਂ ਦਾ ਉਤਸ਼ਾਹ ਵਧਾਉਣਾ, ਦਰਿੰਦਿਆਂ ਦਾ ਉਤਸ਼ਾਹ ਵਧਾਉਣਾ। ਇੱਕ ਪਾਸੇ ਅਸੀਂ ਕਮਲਨਾਥ ਵਰਗਿਆਂ ਨੂੰ ਜੇਲ੍ਹ 'ਚ ਭੇਜਣ ਦੀ ਗੱਲ ਕਰਦੇ ਪਏ ਹਾਂ, ਦੂਜੇ ਪਾਸੇ ਜਦੋਂ ਸੁਪਰੀਮ ਕੋਰਟ ਐਸੀ ਰਾਹਤ ਦਿੰਦੀ ਆ ਤਾਂ ਯਕੀਨੀ ਤੌਰ 'ਤੇ ਜਿਹੜੇ ਪੀੜਿਤ ਪਰਿਵਾਰ ਨੇ ਉਹਨਾਂ ਦੇ ਮਨ 'ਚ ਰੋਸ ਵੀ ਹੁੰਦਾ ਹੈ ਔਰ ਉਹਨਾਂ ਦਾ ਮਨੋਬਲ ਵੀ ਡਿੱਗਦਾ ਹੈ ਕਿ ਅਸੀਂ ਇੰਨੀ ਲੜਾਈਆਂ ਲੜਨ ਦੇ ਬਾਵਜੂਦ ਇਹ ਕਿਤੇ ਨਾ ਕਿਤੇ ਰਾਹਤ ਲੈਣ 'ਚ ਕਾਮਯਾਬ ਹੋ ਜਾਂਦੇ ਆ। ਸੋ ਸਾਨੂੰ ਬੜਾ ਦੁੱਖ ਹੈ ਇਸ ਗੱਲ ਦਾ, ਪਰ ਅਸੀਂ ਆਪਣੇ ਕਾਨੂੰਨ ਦੀ ਲੜਾਈ ਲੜਦੇ ਹਾਂ, ਸਾਡੀ ਰਿਵਿਊ ਪਟੀਸ਼ਨ ਪੈਂਡਿੰਗ ਆ। ਸਾਨੂੰ ਉਮੀਦ ਆ ਕਿ ਜਦੋਂ ਸਾਡੀ ਭਾਰਤੀ ਸਰਕਾਰ ਦੇ ਸੋਲੀਸੀਟਰ ਜਨਰਲ ਇਸ ਰਿਵਿਊ ਪਟੀਸ਼ਨ ਉੱਤੇ ਆਪਣੀ ਬਹਿਸ ਕਰਨਗੇ ਤਾਂ ਉਹ ਸੁਪਰੀਮ ਕੋਰਟ ਨੂੰ ਇਹ ਸਮਝਾਉਣ ਹੋਣਗੇ ਕਿ ਕਿਉਂ ਇਹਨਾਂ ਦੀਆਂ ਸਜ਼ਾਵਾਂ ਬਰਕਰਾਰ ਰਹਿਣੀਆਂ ਚਾਹੀਦੀਆਂ ਔਰ ਇਹ ਵਾਪਸ ਇਹਨਾਂ ਦੀ ਸਜ਼ਾ ਬਰਕਰਾਰ ਹੋਣਗੀਆਂ। ਇੱਥੇ ਤੁਹਾਨੂੰ ਦੱਸ ਦਈਏ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਏ ਦੰਗਿਆਂ 'ਚ ਕਈ ਨਿਹੱਤੇ ਲੋਕਾਂ ਦੀਆਂ ਜਾਨਾਂ ਗਈਆਂ ਸਨ, ਜਿਸ ਮਾਮਲੇ 'ਚ ਇਹ ਦੋਸ਼ੀ ਸਜ਼ਾ ਭੁਗਤ ਰਹੇ ਸੀ। ਬਿਊਰੋ ਰਿਪੋਰਟ, ਸਪੋਕਸਮੈਨ TV।